ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, now the question is, evaluate each of the following, minus 36 divided by 12 divided by 3. So, minus 36 divided by 12 divided by 3, apai the value find karni hai. Let's find out, minus 36 divided by 12 divided by 3. So, ਇਹਨੂੰ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਅਕੋਰਡਿੰਗ ਟੂ ਬੋਰਡ ਮਾਸ ਰੂਲ, ਸਭ ਤੋਂ ਪਹਿਲਾਂ ਆਪਾਂ ਬ੍ਰੈਕਿਟ ਸੋਲਵ ਕਰੋਗੇ ਯੂਜ ਫਰੋਮ ਬੋਰਡ ਮਾਸ ਰੂਲ। ਸੋ ਮਾਈਨਸ 36 ਡਿਵਾਈਡ ਬਾਏ 12 ਡਿਵਾਈਡਡ ਬਾਏ 3। ਆਪਾਂ ਪਹਿਲਾਂ ਬ੍ਰੈਕਿਟ ਕਿਉਂ ਸੋਲਵ ਕਰ ਰਹੇ ਹਾਂ, ਕਿਉਂਕਿ ਬੋਰਡ ਮਾਸ ਰੂਲ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਆਪਾਂ ਬ੍ਰੈਕਿਟ ਸੋਲਵ ਕਰਦੇ ਹਾਂ, ਫਿਰ ਉਹਦੇ ਬਾਅਦ ਫਿਰ ਆਰਡਰ ਫਿਰ ਡਿਵੀਜ਼ਨ। ਇਸ ਲਈ ਹੁਣ ਸਭ ਤੋਂ ਪਹਿਲਾਂ ਸੋਲਵ ਕਰੂੰਗੇ। ਸੋ 12 3 ਜਾਂ 36, 36 ਮਾਈਨਸ ਜਾਂ ਕੀ ਆ ਜਾਊਗਾ ਮਾਈਨਸ 3 ਡਿਵਾਈਡਡ ਬਾਏ 3 ਵਿਚ ਇਜ਼ ਇਕੁਅਲ ਟੂ ਮਾਈਨਸ 3 ਡਿਵਾਈਡਡ ਬਾਏ 3। 3 ਵਨ ਦਾ 3 ਮਾਈਨਸ ਆਏ ਨਾ, ਸੋ ਆਨਸਰ ਕੀ ਆਊਗਾ ਮਾਈਨਸ 1। ਸੋ ਸਾਡੀ ਵੈਲਿਊ ਆਈ ਹੈ ਲਾਸਟ ਫਾਈਨਲ ਮਾਈਨਸ 1। ਥੈਂਕ ਯੂ।